ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ, ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਹੀ ਵੱਡੀ ਕਿਰਪਾ ਕਰਕੇ ਬਹੁਤ ਤਰੁੱਟ ਕੇ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੀ ਜਿਹੜੀ ਸੇਵਾ ਝੋਲੀ ਵਿੱਚ ਪਾਈ ਹੈ ਉਹ ਗੁਰੂ ਚਰਨਾਂ ਵਿੱਚ ਅਰਦਾਸ ਹੈ। ਮੱਥਾ ਟੇਕ ਕੇ ਵੀ ਗੁਰੂ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਯੋਗ ਕੀਤੋਈ, ਕਿ ਸਤਿਗੁਰੂ ਕਿਰਪਾ ਕਰਕੇ ਆਪ ਹੀ ਸਾਨੂੰ ਇਸ ਯੋਗ ਕਰ ਲਓ ਕਿ ਅਸੀਂ ਇਹ ਜਿਹੜੀਆਂ ਸੇਵਾਵਾਂ ਨੇ ਇਹ ਨਿਭਾ ਸਕੀਏ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਸੰਗਤ ਦੀ ਅਸੀਂ ਸੰਗਤ ਦੇ ਸਹਿਯੋਗ ਤੋਂ ਬਿਨਾਂ ਇਹ ਸੇਵਾਵਾਂ ਜਿਹੜੀਆਂ ਨੇ ਨਹੀਂ ਕੀਤੀਆਂ ਜਾ ਸਕਦੀਆਂ। ਗੁਰੂ ਆਪ ਹੀ ਕਿਰਪਾ ਕਰਦੇ ਤੇ ਇਹ ਸੇਵਾ ਕੀਤੀ ਜਾ ਸਕਦੀ ਹੈ। ਸਿੰਘ ਸਾਹਿਬ ਜੀ, ਬੇਅਦਬੀਆਂ ਦਾ ਮਾਮਲਾ ਜਿਹੜਾ ਨਾ ਬੜੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ, ਬੇਅਦਬੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਲੱਗੀਆਂ, ਗੁਰਬਾਣੀ ਦੀਆਂ ਵੀ ਬੇਅਦਬੀਆਂ ਲੱਗੀਆਂ, ਗੁਰਦੁਆਰਿਆਂ 'ਚ ਜਾ ਕੇ ਹੁਣ ਤਾਂ ਸ਼ਰੇਆਮ ਜਿਹੜੇ ਨੇ ਲੋਕ ਜਿਹੜੇ ਬੇਅਦਬੀਆਂ ਕਰਦੇ, ਆਪਾਂ ਕਿਸ ਤਰ੍ਹਾਂ ਇਹਨੂੰ ਤੁਸੀਂ ਰੀਸ ਕਰਾਂਗੇ ਸੰਗਤ ਨੂੰ ਕੀ ਇਸ ਤਰ੍ਹਾਂ? ਦੇਖੋ, ਬਹੁਤ ਸਾਰੀਆਂ ਅਪੀਲਾਂ ਪੰਥ ਨੂੰ ਪਹਿਲਾਂ ਵੀ ਕੀਤੀਆਂ ਜਾਂਦੀਆਂ, ਹੁਣ ਵੀ ਕਰਾਂਗੇ, ਔਰ ਕੋਈ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਐਸੀ ਚਲਾਉਣ ਦਾ ਯਤਨ ਕਰਾਂਗੇ ਕਿ ਜਿਹੜੀ ਜਾਗਰੂਕਤਾ ਸੰਗਤ ਦੇ ਵਿੱਚ ਪੈਦਾ ਕੀਤੀ ਜਾਏ, ਪ੍ਰਬੰਧਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਏ ਤਾਂ ਕਿ ਗੁਰੂ ਸਾਹਿਬ ਦੀ ਜਿਹੜੀ ਪਹਿਰੇਦਾਰੀ ਹੈ ਉਹਨੂੰ ਲਾਜ਼ਮੀ ਕੀਤਾ ਜਾਏ। ਜੇਕਰ ਗੁਰੂ ਸਾਹਿਬ ਦੀ ਪਹਿਰੇਦਾਰੀ ਲਾਜ਼ਮੀ ਨਹੀਂ ਕੀਤੀ ਜਾ ਸਕਦੀ ਤਾਂ ਇਹ ਬੜਾ ਔਖਾ ਹੈ ਕਿ ਬੇਅਦਬੀਆਂ ਨੂੰ ਅਸੀਂ ਰੋਕ ਪਾਈਏ। ਇੱਕ ਪ੍ਰਚਾਰ ਔਰ ਜਾਗਰੂਕਤਾ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕਰਕੇ ਸੰਗਤ ਨੂੰ ਇਸ ਤੋਂ ਜਾਣੂ ਕਰਵਾਵਾਂਗੇ। ਨੌਜਵਾਨ ਪੀੜ੍ਹੀ ਜਿਹੜੀ ਹੈ ਪਤਕ ਪੁੰਨੇ ਵੱਲ ਜਾ ਰਹੀ ਹੈ, ਨਸ਼ਿਆਂ ਵੱਲ ਜਾ ਰਹੀ ਹੈ, ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਵਾਪਸ ਲਿਆਵਾਂਗੇ? ਖਾਲਸਾ ਵੀਰ ਵਰਗੀ ਕੋਈ ਵੀਰ ਇੱਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰਾਮ ਕੀਤੀ? ਦੇਖੋ, ਤਕਰੀਬਨ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਸਾਰੇ ਯਤਨ ਐਸੇ ਕੀਤੇ ਜਾਂਦੇ ਨੇ ਔਰ ਥਾਂ ਥਾਂ 'ਤੇ ਅਸੀਂ ਆਪਣੇ ਜਿਹੜੇ ਸਾਹਿਬ ਆਫਿਸ ਵੀ ਖੋਲ੍ਹੇ ਹੋਏ ਨੇ, ਧਰਮ ਪ੍ਰਚਾਰ ਦੇ ਕੇਂਦਰ ਅਸੀਂ ਬਣਾਏ ਹੋਏ ਨੇ, ਉੱਥੋਂ ਪ੍ਰਚਾਰ ਕੀਤਾ ਜਾਂਦਾ ਔਰ ਵੱਡੀ ਗਿਣਤੀ ਵਿੱਚ ਪੰਜ ਪਿਆਰੇ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਹੋਰ ਤਖਤ ਸਾਹਿਬਾਨਾਂ ਤੋਂ, ਪੰਜਾਬ ਤੋਂ ਬਾਹਰ, ਹਿੰਦੁਸਤਾਨ ਤੋਂ ਬਾਹਰ ਵੀ ਅੰਮ੍ਰਿਤ ਸੰਚਾਰ ਕਰਨ ਵਾਸਤੇ ਲੋੜ ਪੈਂਦੀ ਆ ਤਾਂ ਜਾਂਦੇ ਨੇ। ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਦਾ ਯਤਨ ਕੀਤਾ ਜਾਏਗਾ ਔਰ ਤਾਂ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਕੋਈ ਪਤ ਤੋਂ ਹੋ ਰਹੇ ਨੇ ਜਾਂ ਨਸ਼ਿਆਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਉਹ ਸਿੱਖੀ ਸਰੂਪ ਔਰ ਸਿੱਖੀ ਦੇ ਮਾਰਗ ਵੱਲ ਜਿਹੜਾ ਉਹ ਤੋਰਿਆ ਜਾਏ। ਪੰਜਾਬ ਤੋਂ ਬਾਹਰ ਸਿੱਖ ਵੱਸਦੇ ਨੇ, ਵਿਦੇਸ਼ਾਂ 'ਚ ਵੱਸਦੇ ਨੇ, ਉਹਨਾਂ ਦੀਆਂ ਵੱਡੀਆਂ ਆਸਾਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੁੰਦੀਆਂ ਨੇ। ਤੁਸੀਂ ਵੀ ਲੋਕ ਵਿਚਰਦੇ ਰਹੇ ਜੋ ਲੰਮਾ ਸਮਾਂ ਬਤੌਰ ਚੱਲੇ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਬਤੌਰ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕੀ ਲੱਗਦਾ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਜਿਹੜੀਆਂ ਉਹਨਾਂ ਦੀਆਂ ਵਾਕਈ ਜਾਇਜ਼ ਉਹਨਾਂ ਦੀਆਂ ਆਸਾਂ ਨੇ, ਆਪਾਂ ਉਹਨੂੰ ਆਪਾਂ ਪੂਰੇ ਕਰਾਂਗੇ? ਕਿਸ ਤਰ੍ਹਾਂ ਦੀਆਂ ਆਸਾਂ ਹੁੰਦੀਆਂ ਨੇ? ਦੇਖੋ, ਜਿੱਥੇ ਜਿੱਥੇ ਵੀ ਕੋਈ ਹਿੰਦੁਸਤਾਨ ਤੋਂ ਬਾਹਰ ਜਾਂ ਹਿੰਦੁਸਤਾਨ ਦੇ ਵਿੱਚ ਜਿੱਥੇ ਜਿੱਥੇ ਵੀ ਦੂਜੇ ਸਟੇਟਾਂ ਦੇ ਵਿੱਚ ਕੋਈ ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ, ਉਹਨਾਂ ਦੀਆਂ ਕੀ ਲੋੜਾਂ ਨੇ ਉਹਨਾਂ ਨੂੰ ਬਿਲਕੁਲ ਪੂਰਾ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਯਤਨ ਹੈ ਉਹ ਕੀਤਾ ਜਾਊਗਾ ਤਾਂ ਕਿ ਜਿੱਥੇ ਕਿੱਥੇ ਵੀ ਸਿੱਖ ਬੈਠਾ ਉਹ ਆਪਣੇ ਆਪ ਨੂੰ ਪੰਥ ਦਾ ਹਿੱਸਾ ਮਹਿਸੂਸ ਕਰਕੇ ਮਾਣ ਕਰ ਸਕੇ, ਆਪਣੇ ਆਪ ਨੂੰ ਕਦੇ ਵੀ ਉਹ ਇਕੱਲਾ ਮਹਿਸੂਸ ਨਾ ਕਰੇ, ਸਾਰਾ ਪੰਥ ਉਹਨਾਂ ਸਿੱਖਾਂ ਦੇ ਨਾਲ ਹੈ।